ਗੁੱਡ ਇਵਨਿੰਗ एवरीवन ਸਸ਼ਿਕਾ ਸਟੂਡੈਂਟਸ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰੂਡੀਸ਼ਨ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਜਿੱਤੇ ਅਸੀਂ ਕਰ ਰਹੇ ਹਾਂ ਜੀ ਪੰਜਾਬੀ ਸਾਹਿਤ ਦੀ ਤਿਆਰੀ ਜੋ ਕਿ ਤੁਹਾਡੇ ਈਟੀਟੀ ਪੇਪਰ 1 ਉਸ ਦੇ ਨਾਲ ਨਾਲ ਮਾਸਟਰ ਡਿਗਰੀ ਪੰਜਾਬੀ ਲੈਕਚਰਰ ਐਂਡ ਯੂਜੀਸੀ ਦੇ ਪੇਪਰਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿੰਦੇ ਹੈ ਸੈਸ਼ਨ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਹੈ ਉਹ ਡੇਲੀ ਸ਼ਾਮ ਨੂੰ 8 ਵਜੇ ਐਨਾ ਸੈਸ਼ਨ ਦੇ ਵਿੱਚ ਜੁਆਇਨ ਕਰ ਸਕਦੇ ਹੈ ਓਕੇ ਯਾਨੀ ਕਿ ਹਰ ਰੋਜ਼ ਸ਼ਾਮ ਨੂੰ 8 ਵਜੇ ਤੁਹਾਡੀ ਲਾਈਵ ਕਲਾਸ ਹੁੰਦੀ ਹੈ ਓਕੇ ਜਿਸ ਦੇ ਵਿੱਚ ਅਸੀਂ ਕਰਦੇ ਹਾਂ ਪੰਜਾਬੀ ਸਾਹਿਤ ਨੂੰ ਕਵਰ ਐਂਡ ਤੁਸੀਂ ਪੰਜਾਬ ਦੇ ਵੈਸੇ ਵੀ ਕਿਸੇ ਹੋਰ ਇਗਜ਼ਾਮ ਦੀ ਤਿਆਰੀ ਲਈ ਕਰ ਰਹੇ ਹੋ ਨਾ ਤੇ ਉਹਨਾਂ ਦੇ ਲਈ ਵੀ ਇਹ ਵਾਲੇ ਸੈਸ਼ਨ ਇੰਪੋਰਟੈਂਟ ਹੀ ਰਹਿਣਗੇ ਕਈ ਸਟੂਡੈਂਟਸ ਵਾਰ-ਵਾਰ ਪੁੱਛ ਰਹੀ ਹੈ ਕਿ ਜਿਸ ਤਰ੍ਹਾਂ ਈਟੀਟੀ ਦੇ ਵਿੱਚ ਪੰਜਾਬੀ ਕੰਪਲਸਰੀ ਕਰ ਦਿੱਤੀ ਗਈ ਹੈ ਕਿ ਮਾਸਟਰ ਕਾਡਰ ਚ ਵੀ ਐਦਾਂ ਹੋਊਗਾ ਤਾਂ ਮੈਂ ਪਿਛਲੀ ਵਾਰੀ ਵੀ ਤੁਹਾਨੂੰ ਇਹੀ ਰਿਪਲਾਈ ਕੀਤਾ ਸੀ ਹੁਣ ਵੀ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਕਹਿ ਰਹੀ ਹਾਂ ਕਿ ਯੈਸ ਇਹ ਹੋਏਗਾ ਇਸ ਲਈ ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲਣਾ ਕਿ ਪੰਜਾਬੀ ਦੀ ਜਿਹੜੀ ਤੁਹਾਡੀ ਤਿਆਰੀ ਹੈਗੀ ਆ ਉਹ ਪੇਪਰ ਤੋਂ ਪਹਿਲਾਂ ਪਹਿਲਾਂ ਅੱਛੀ ਤਰ੍ਹਾਂ ਹੋ ਜੇ ਓਕੇ ਯੂ ਨੇਵਰ ਨੋ ਉਹ ਜਨਰਲ ਸਟੱਡੀਜ਼ ਦਾ ਵੀ ਕੋਈ ਪੇਪਰ ਰੱਖ ਸਕਦੇ ਆ ਓਕੇ ਜਿੱਦਾਂ ਈਟੀਟੀ ਦੇ ਵਿੱਚ ਰੱਖਿਆ ਤਾਂ ਇਸ ਲਈ ਹੁਣ ਤੁਹਾਨੂੰ ਅਗਰ ਟੀਚਰ ਲੱਗਣਾ ਹੈ ਤਾਂ ਉਹਦੇ ਲਈ ਤੁਹਾਨੂੰ ਮਿਹਨਤ ਜਿੰਨੀ ਪਹਿਲਾਂ ਕਰਨੀ ਪੈਂਦੀ ਸੀ ਉਹਦੇ ਨਾਲੋਂ ਜ਼ਿਆਦਾ ਕਰਨੀ ਪੈਣੀ ਆ 올 ਰਾਈਟ ਠੀਕ ਹੈ ਤਾਂ ਫਿਰ ਅੱਜ ਦਾ ਸਾਡਾ ਸੈਸ਼ਨ ਹੈ ਔਰੇਗਾ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਬਾਰੇ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਬਤੌਰ ਵਾਰਤਕਕਾਰ ਪੜਨ ਵਾਲਿਆਂ ਤੇ ਇੱਕ ਚੀਜ਼ ਮੈਂ ਡਿਸਕਸ ਕਰਨਾ ਚਾਹੁੰਦੀ ਸੀ ਐਕਚੁਅਲੀ ਇੱਕ ਸਟੂਡੈਂਟ ਦਾ ਮੈਨੂੰ ਮੈਸੇਜ ਆਇਆ ਔਨ YouTube ਕਿ ਮਾਮ ਜਸਟ ਕੁਐਸਚਨ ਪੜ੍ਹ ਕੇ ਐਂਡ ਆਨਸਰ ਦੱਸ ਦਿਆ ਕਰੋ ਐਨਾ ਕੁਝ ਨਾ ਮਤਲਬ ਦੱਸਿਆ ਕਰੋ ਲੰਮਾ ਛੋੜਾ ਕਿ ਉਹਦੇ ਵਿੱਚ ਨਾ ਐਵੇਂ ਕੁਐਸਚਨ ਘੁੰਮਦਾ ਰਹਿੰਦਾ ਵਗੈਰਾ ਵਗੈਰਾ ਆਈ ਡੋਨਟ نو ਕਿ ਉਹਨਾਂ ਦੀ ਵਰਡਿੰਗ ਕੀ ਸੀ ਐਗਜ਼ੈਕਟ ਬਟ ਉਹਨਾਂ ਦਾ ਮਤਲਬ ਇਹ ਸੀਗਾ ਕਿ ਐਮਸੀਕਿਊ ਹੋਣ ਜਿਹਦੇ ਵਿੱਚ ਜਸਟ ਕੁਐਸਚਨ ਹੋਏ ਜਸਟ ਆਨਸਰ ਹੋਏ ਰਾਈਟ ਕੋਈ ਵੀ ਐਕਸਟਰਾ ਫੈਕਟਸ ਨਹੀਂ ਹੋਣੇ ਚਾਹੀਦੇ ਕੁਝ ਨਹੀਂ ਇਨਫੋਰਮੇਸ਼ਨ ਹੋਣੀ ਚਾਹੀਦੀ ਐਕਸਟਰਾ ਤੈ ਇਦਾਂ ਦੇ ਸਟੂਡੈਂਟਸ ਮੈਨੂੰ ਕਹੂੰਗੀ देयर ਆਰ ਅ ਲੋਟ ਆਫ ਲਾਈਕ ਚੈਨਲਸ ਓਨ YouTube ਠੀਕ ਹੈ ਜਿਹੜੇ ਕਿ ਇਦਾਂ ਦੀ ਸਟੱਡੀ ਕਰਵਾਉਂਦੇ ਆ ਤਾਂ ਪਲੀਜ਼ ਤੁਸੀਂ ਉੱਥੇ ਜਾ ਕੇ ਪੜੋ ਐਂਡ ਇੱਥੇ ਤੁਸੀਂ ਸੈਸ਼ਨਸ ਨਹੀਂ ਵੀ ਦੇਖੋਗੇ ਤਾਂ ਮਤਲਬ ਤੁਹਾਡਾ ਸਰ ਜੁਗਾ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਐਕਸਟਰਾ ਇਨਫੋਰਮੇਸ਼ਨ ਨਹੀਂ ਚਾਹੀਦੀ ਤਾਂ ਤੁਸੀਂ ਪਲੀਜ਼ ਉਹ ਵਾਲੇ ਸੈਸ਼ਨਸ ਨੂੰ ਦੇਖੋ ਉਹ ਵਾਲੇ ਚੈਨਲਸ ਨੂੰ ਪਲੀਜ਼ ਫੋਲੋ ਕਰੋ ਜਿਹੜੇ ਕਿ ਤੁਹਾਨੂੰ ਸਿਰਫ MCQਸ ਕਰਵਾਉਂਦੇ ਆ ਓਕੇ ਮੈਂ ਕਦੀ ਵੀ ਐਦਾਂ ਨਹੀਂ ਪੜਾਉਂਗੀ ਚਾਹੇ ਕੁਝ ਵੀ ਹੋ ਜਾਏ ਕਿਉਂਕਿ ਮੈਨੂੰ ਟਾਈਮ ਪਾਸ ਨਹੀਂ ਕਰਨਾ ਹੁੰਦਾ ਮੈਂ ਪੜਾਉਣਾ ਤਾਂ ਮੈਂ ਅੱਛਾ ਹੀ ਪੜਾਉਣਾ ਓਕੇ ਹਰ ਕਿਸੇ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ ਐਂਡ ਆਈ ਕਾਂਟ ਚੇਂਜ ਮਾਈ ਵੇ ਆਫ ਟੀਚਿੰਗ ਰਾਈਟ ਆਈ ਲਵ ਦਾ ਵੇ ਆਈ ਟੀਚ ਓਕੇ ਚਲੋ ਸ਼ੁਰੂ ਕਰਦੇ ਆਂ ਅੱਜ ਦੇ ਸੈਸ਼ਨ ਨੂੰ ਪਹਿਲਾ ਕੁਐਸਚਨ ਦੇਖਾਂਗੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਰੁੜਕੀ ਦੇ ਥਾਮਸਨ ਕਾਲਜ ਤੋਂ ਕਿਹੜਾ ਡਿਪਲੋਮਾ ਕੀਤਾ ਸੀ ਸਿਵਲ ਇੰਜੀਨੀਅਰਿੰਗ ਕੈਮੀਕਲ ਇੰਜੀਨੀਅਰਿੰਗ ਫੌਜਦਾਰੀ ਜਾਂ ਫਿਰ ਕੈਮਿਸਟਰੀ ਇਨਾਂ ਦੇ ਵਿੱਚੋਂ ਆਨਸਰ ਕਰਨਾ ਹੈ ਕੁਐਸਚਨ ਨੰਬਰ 1 ਦੇ ਲਈ ਯੈਸ ਪਲੀਜ਼ ਬਿਲਕੁਲ ਪ੍ਰੀਤ ਜੀ ਮੈਂ ਇਦਾਂ ਹੀ ਪੜਾਉਣਾ ਆ ਕੋਈ ਟੈਨਸ਼ਨ ਨਹੀਂ ਐਗਜ਼ੈਕਟਲੀ ਰਮਨ ਜੀ ਐਗਜ਼ੈਕਟਲੀ ਜੀ 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 ਅੰਮਿਤ ਜੀ ਉਹਨਾਂ ਦੇ ਕੈਨਲ ਕੁਝ ਨਹੀਂ ਹੋਇਆ ਮੈਂ ਉਹਨਾਂ ਨੂੰ ਬਲੌਕ ਵੀ ਕਰਤਾ ਡੋਨਟ ਵਰੀ ਬਟ ਮੇਰਾ ਮਤਲਬ ਹੈ ਕਿ ਹਰ ਕਿਸੇ ਦਾ ਆਪਣਾ ਪੜਨ ਦਾ ਵੀ ਤਰੀਕਾ ਪੜਾਉਂਦਾ ਵੀ ਰਾਈਟ ਤਾਂ ਫਿਰ ਕਿਉਂ ਨਾ ਤੁਸੀਂ ਉਹ ਵਾਲੀ ਜਗ੍ਹਾ ਤੋਂ ਪੜ ਲਓ ਜਿੱਥੇ ਤੁਹਾਨੂੰ ਪਸੰਦ ਆਉਂਦਾ ਹੈ ਹੈਨਾ ਓਕੇ ਫਾਲਤੂ ਕਮੈਂਟਸ ਆਈ ਡੋਨਟ ਲਾਈਕ ਬਿਲਕੁਲ ਠੀਕ ਹੈ ਪਹਿਲੇ ਦਾ ਆਨਸਰ ਹੋ ਜਾਊਗਾ ਸਿਵਲ ਇੰਜੀਨੀਅਰਿੰਗ ਦੇਖੋ ਜਦੋਂ ਤੁਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪੜੋਗੇ ਪੰਜਾਬੀ ਦੇ ਵਿੱਚ ਤਾਂ ਤੁਹਾਨੂੰ ਕਹਾਣੀਕਾਰ ਦੇ ਵਿੱਚ ਵੀ ਇਹ ਆ ਜਾਣਿਆ ਇਹ ਨਾਟਕ ਵੀ ਲਿਖਦੇ ਸੀ ਇਹਨਾਂ ਨੇ ਨਾਵਲ ਵੀ ਲਿਖਿਆ ਸੰਪਾਦਕੀ ਵੀ ਕੀਤੀ ਹੈ ਵਾਰਤਕ ਵੀ ਕੀਤਾ ਹੈ ਕਹਿੰਦਾ ਮਤਲਬ ਸਾਰੀਆਂ ਵਿਧਾਵਾਂ ਦੇ ਵਿੱਚ ਹੀ ਇਹਨਾਂ ਨੇ ਹੱਥ ਅਜ਼ਮਾਇਸ਼ ਕੀਤੀ ਹੈ ਰਾਈਟ ਤੇ ਇਹਨਾਂ ਨੇ ਇਸ ਦੇ ਨਾਲ ਨਾਲ ਪੜਾਈ ਵੀ ਕਾਫੀ ਜ਼ਿਆਦਾ ਕੀਤੀ ਹੈ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਨਾ ਇਹਨਾਂ ਨੇ ਜਿਹੜਾ ਐਫਸੀ ਕਾਲਜ ਆ ਲਾਹੌਰ ਉਹਦੇ ਵਿੱਚ ਦਾਖਲਾ ਲਿਆ ਬਟ ਕੀ ਹੁੰਦਾ ਆ ਇਹਨਾਂ ਦੀ ਹਾਲਤ ਚੰਗੀ ਨਹੀਂ ਹੁੰਦੀ ਮਾਲੀ ਹਾਲਤ ਓਕੇ ਜਿਸ ਕਰਕੇ ਇਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪੈਂਦੀ ਹੈ ਤੇ 15 ਰੁਪਏ ਦੀ ਨੌਕਰੀ ਕਰਨੀ ਪੈਂਦੀ ਹੈ ਜਸਟ ਠੀਕ ਹੈ ਕਲਰਕ ਦੀ ਉਸ ਤੋਂ ਬਾਅਦ ਥੋੜੀ ਜਿਹੀ ਹਾਲਤ ਉਹਦੇ ਬਹੁਤ ਜ਼ਿਆਦਾ ਅੱਛੇ ਹੋ ਜਾਂਦੇ ਆ ਲਾਈਕ ਬਹੁਤ ਜ਼ਿਆਦਾ ਨਹੀਂ ਲਾਈਕ ਬੈਟਰ ਹੋਣਾ ਸਟਾਰਟ ਹੋ ਜਾਂਦੇ ਆ ਤਾਂ ਉਦੋਂ ਫਿਰ ਇਹ ਰੁੜਕੀ ਦੇ ਥਾਮਸਨ ਕਾਲਜ ਦੇ ਵਿੱਚ ਦਾਖਲਾ ਲੈਂਦੇ ਆ ਸਿਵਲ ਇੰਜੀਨੀਅਰਿੰਗ ਕਾਲਜ ਦੇ ਵਿੱਚ ਤੇ ਉੱਥੋਂ ਫਿਰ ਇਹ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਦੇ ਨੇ ਓਕੇ ਨਾਲ ਦੇ ਨਾਲ ਤੁਸੀਂ ਇਹਨਾਂ ਦੀ ਇੱਕ ਜਿਹੜੀ ਇੰਜੀਨੀਅਰਿੰਗ ਦੀ ਡਿਗਰੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗੀ ਇਹਨੂੰ ਯਾਦ ਰੱਖ ਲੈਣਾ ਇਹ ਹੈਗੀ ਹੈ ਬੀਐਸਸੀ ਇੰਜੀਨੀਅਰਿੰਗ ਦੀ ਠੀਕ ਹੈ ਜੋ ਕਿ ਇਹਨਾਂ ਨੇ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਤੋਂ ਕੀਤੀ ਸੀ ਰਾਈਟ ਥੈਂਕ ਯੂ ਸੋ ਮੱਚ ਮੁੱਪੀ ਜੀ ਦੂਸਰਾ ਕੁਐਸਚਨ ਦੇਖੋ ਅਮਰੀਕਾ ਤੋਂ ਵਾਪਸ ਆ ਕੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਿਹੜੀ ਨੌਕਰੀ ਜੁਆਇਨ ਕੀਤੀ ਅਧਿਆਪਨ ਬੈਂਕ ਰੇਲਵੇ ਡਾਕਟਰ ਪ੍ਰਸ਼ਨ ਨੰਬਰ 2 ਦੇ ਲਈ ਆਨਸਰ ਕਰੋ ਕੀ ਹੋਏਗਾ ਜਦੋਂ ਇਹ ਅਮਰੀਕਾ ਦੇ ਵਿੱਚ ਪੜਨ ਦੇ ਲਈ ਗਏ ਸੀ ਰਾਈਟ ਉੱਥੋਂ ਦੀ ਵਾਪਸ ਆ ਕੇ ਐਨਾ ਨੇ ਕਿਹੜੀ ਜੌਬ ਕੀਤੀ ਹੈ ਇੰਡੀਆ ਦੇ ਵਿੱਚ ਹਾਂਜੀ ਜੀ ਥੈਂਕ ਯੂ 올 ਰਾਈਟ ਚਲੋ ਦੱਸੋ ਦੂਸਰੇ ਦਾ ਆਨਸਰ ਕੀ ਹੋਗਾ ਸ਼ਾਬਾਸ਼ ਆਈ نو ਅਗਰ ਕਲਾਸ ਦੇ ਦੌਰਾਨ ਕੁਛ ਐਡਾਂ ਦਾ ਲਿਖਦੇ ਤਾਂ ਡੈਫੀਨਿਟਲੀ ਤੁਸੀਂ ਸਾਰਿਆਂ ਨੇ ਰਿਪਲਾਈ ਕਰ ਦੇਣਾ ਸੀ ਮੈਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਬਿਲਕੁਲ ਦੂਸਰੀ ਦਾ ਆਨਸਰ ਹੋ ਜਾਊਗਾ ਰੇਲਵੇ ਠੀਕ ਹੈ ਤਾਂ ਇਹਨਾਂ ਨੇ ਜਿਹੜੀ ਪਹਿਲੀ ਇੱਥੇ ਆ ਕੇ ਜੌਬ ਕੀਤੀ ਹੈ ਉਹ ਰੇਲਵੇ ਦੇ ਵਿੱਚ ਕੀਤੀ ਹੈ ਔਰ 1932 ਤੱਕ ਇਹੇ ਰੇਲਵੇ ਦੇ ਵਿੱਚ ਹੀ ਜੌਬ ਕਰਦੇ ਰਹਿੰਦੇ ਆ ਓਕੇ ਆਫਟਰ ਦੈਟ ਫਿਰ ਇਹਨਾਂ ਨੇ ਵਿਗਿਆਨਿਕ ਢੰਗ ਦੇ ਨਾਲ ਖੇਤੀ ਕਰਨੀ ਸੀ ਇਹਨਾਂ ਦਾ ਇੰਟਰਸਟ ਬਹੁਤ ਜ਼ਿਆਦਾ ਸੀ ਦੈਟ ਇਜ਼ ਵਾਈ ਇਹਨਾਂ ਨੇ ਨੁਸ਼ਹਿਰੇ ਦੇ ਵਿੱਚ ਆਧੁਨਿਕ ਤੇ ਵਿਗਿਆਨਿਕ ਖੇਤੀ ਕਰਨ ਦੇ ਲਈ ਜ਼ਮੀਨ ਵੀ ਖਰੀਦ ਲਈ ਸੀ ਓਕੇ ਤੇ ਬਾਅਦ ਦੇ ਵਿੱਚ ਇਹ ਖੇਤੀ ਵੀ ਕਰਦੇ ਨੇ ਤੀਸਰਾ ਪ੍ਰਸ਼ਨ ਹੈ ਪ੍ਰੀਤ ਲੜੀ ਨੇ ਪ੍ਰੀਤ ਲੜੀ ਦੀ ਪ੍ਰਕਾਸ਼ਨਾ ਕਦੋਂ ਸ਼ੁਰੂ ਕੀਤੀ ਹੈ उन्नीस सौ इक्की उन्नीस सौ तेई उन्नीस सौ सताई उन्नीस सौ तेती प्रश्न नंबर तीन के लिए आंसर करो की होएगा प्रीत लड़ी की प्रकाशना कदों स्टार्ट गई हाँ जी बिल्कुल उन्नीस सौ बत्ती छी वीरपाल जी वेरी गुड बिल्कुल ठीक है सो स्वीट ऑफ यू ऑल ऑफ यू एक्चुअली राइट थर्ड आंसर करो प्रीत लड़ी की प्रकाशना कदों स्टार्ट की वेरी गुड ਇਸ ਦਾ ਅੰਸਰ ਹੋ ਜਾਊਗਾ 1933 ਯਾਨੀ ਕਿ 1933 ਇਹ ਕਿੱਦਾਂ ਦਾ ਰਸਾਲਾ ਸੀ ਸਾਨੂੰ ਪਤਾ ਮਾਸਿਕ ਰਸਾਲਾ ਹੈ ਔਰ ਪ੍ਰੀਤ ਲੜੀ ਦਾ ਜਿਹੜਾ ਨਾਮ ਹੈਗਾ ਆ ਉਹ ਇਸ ਰਸਾਲੇ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਓਕੇ ਤੇ ਇਹਨਾਂ ਦਾ ਜਿਹੜਾ ਸਟਾਰਟਿੰਗ ਦੇ ਵਿੱਚ ਸਾਹਿਤ ਆਇਆ ਇਹਨਾਂ ਦਾ ਸਾਰਾ ਸਾਹਿਤ ਪਹਿਲਾ ਪਹਿਲਕੀ ਦੇ ਵਿੱਚ ਛਪਦਾ ਆ ਪ੍ਰੀਤ ਲੜੀ ਰਸਾਲੇ ਦੇ ਵਿੱਚ ਹੀ ਛਪਦਾ ਓਕੇ ਆਫਟਰ 댓 ਐਸੇ ਨਾਮ ਤੇ ਆ ਜਾਂਦਾ ਪ੍ਰੀਤ ਨਗਰ ਇਹਨੂੰ ਮੁੜ ਕਦੋਂ ਵਸਾਇਆ ਗਿਆ ਕਵੈਸਚਨ ਨੂੰ ਧਿਆਨ ਨਾਲ ਪੜਨਾ ਫਿਰ ਆਨਸਰ ਕਰਨਾ ਆਲ ਰਾਈਟ 1938 47 50 ਜਾਂ ਫਿਰ 54 ਪ੍ਰਸ਼ਨ ਨੰਬਰ 4 ਦੇ ਲਈ ਆਨਸਰ ਕਰੋ ਪ੍ਰੀਤਨਗਰ ਨੂੰ ਮੂੜ ਕਦੋਂ ਵਸਾਇਆ ਗਿਆ ਯੈਸ ਪਲੀਜ਼ ਪ੍ਰਸ਼ਨ ਧਿਆਨ ਨਾਲ ਪੜਨਾਓ ਕਿ ਬਿਕਾਜ਼ ਇੱਥੇ ਵਿੱਚ ਆਪਸ਼ਨਸ ਸਾਰੀਆਂ ਹੀ ਹੈਗੀਆਂ ਤਾਂ ਤੁਸੀਂ ਕਨਫਿਊਜ਼ ਹੋ ਸਕਦੇ ਹੋ ਤੇ ਕਨਫਿਊਜ਼ ਹੋਣਾ ਨਹੀਂ ਹੈ ਥਰਡ ਦਾ ਆਨਸਰ ਵੈਰੀ ਗੁੱਡ ਵੈਰੀ ਗੁੱਡ ਵੀਜੀ ਐਬਸੋਲੂਟਲੀ ਰਾਈਟ ਇਹ ਹੋ ਜਾਏਗਾ 1950 ਠੀਕ ਹੈ ਐਗਜ਼ੈਕਟਲੀ ਸੀ ਆਨਸਰ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਦਾ ਆਨਸਰ ਸਹੀ ਹੈ ਐਦੇ ਵੀ ਦੇਖੋ ਤੁਸੀਂ ਕੀ ਕੀ ਯਾਦ ਰੱਖਣਾ ਹੈ ਪਹਿਲਾਂ ਅਸੀਂ ਗੱਲ ਕਰਾਂਗੇ 1938 ਦੀ 1938 ਦੇ ਵਿਚਾਨਾਂ ਨੇ ਲਾਹੌਰ ਔਰ ਅੰਮ੍ਰਿਤਸਰ ਦੇ ਵਿਚਕਾਰ 15 ਏਕੜ ਜ਼ਮੀਨ ਖਰੀਦੀ ਸੀ ਜਿਸ ਦੇ ਉੱਪਰ ਇਹਨਾਂ ਨੇ ਪ੍ਰੀਤਨਗਰ ਦੀ ਸਥਾਪਨਾ ਕੀਤੀ ਨੰਬਰ 1 1947 ਕੀ ਹੈ 1947 ਜਦੋਂ ਸਾਡੇ ਦੇਸ਼ ਦੀ ਵੰਡ ਹੁੰਦੀ ਹੈ ਉਸ ਟਾਈਮ ਤੇ ਪ੍ਰੀਤਨਗਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਫਿਰ 1950 ਦੇ ਵਿੱਚ ਕੀ ਹੁੰਦਾ ਇਸ ਨੂੰ ਮੁੜ ਤੋਂ ਵਸਾਇਆ ਜਾਂਦਾ ਹੈ ਤਾਹੇ 3 ਸਾਲ ਜਿਹੜੇ ਆ ਇਹ ਪ੍ਰੀਤਨਗਰ ਨੂੰ ਅੱਛੀ ਤਰ੍ਹਾਂ ਯਾਦ ਕਰਨ ਦੇ ਲਈ ਜ਼ਰੂਰੀ ਹੈਗੇ ਆ ਲਾਈਨ ਮਾਈਂ ਯਾਦ ਰੱਖ ਲੈਣਾ ਓਕੇ ਅਗੇ ਹੈ ਪ੍ਰੀਤ ਮਾਰਗ ਨੂੰ ਕਿੰਨੇ ਭਾਗਾਂ ਦੇ ਵਿੱਚ ਛਾਪਿਆ ਗਿਆ 1 2 3 ਜਾਂ ਫਿਰ 4 ਆਨਸਰ ਕਰੋ ਪ੍ਰਸ਼ਨ ਨੰਬਰ 5 ਯੈਸ ਪਲੀਜ਼ ਹਾਂਜੀ ਪੁੱਪੀ ਜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਅੱਜ ਵਿਸ਼ ਕੀਤੀ ਹੈ ਮੈਂ ਤੁਹਾਨੂੰ ਨੋਟਿਸ ਕਰ ਲਿਆ ਸੀ ਡਾਟ ਯੂ ਆਰ ਹੇਅਰ ਓਕੇ ਐਂਡ ਪਲੀਜ਼ ਤਿਆਰੀ ਅੱਛੀ ਤਰ੍ਹਾਂ ਸ਼ੁਰੂ ਕਰ ਲਓ ਬਿਕਾਜ਼ ਪੇਪਰ ਬਹੁਤ ਜਲਦੀ ਆਊਗਾ ਓਕੇ ਹਾਂ ਵੈਰੀ ਗੁੱਡ 1938 ਚ ਸਥਾਪਨਾ ਬਿਲਕੁਲ ਠੀਕ ਹੈ ਪੰਜਵੇਂ ਦੇ ਲਈ ਕੀ ਆਨਸਰ ਹੋਏਗਾ ਕਿੰਨੇ ਭਾਗਾਂ ਦੇ ਵਿੱਚ ਇਸ ਨੂੰ ਛਾਪਿਆ ਗਿਆ ਸ਼ਾਬਾਸ਼ ਇਸ ਦਾ ਆਨਸਰ ਹੋ ਜਾਊਗਾ 4 ਹੈਨਾ ਚਾਰ ਭਾਗਾਂ ਦੇ ਵਿੱਚ ਇਸ ਨੂੰ ਛਾਪਿਆ ਗਿਆ ਸੀ ਬਿਲਕੁਲ ਠੀਕ ਉੱਤਰ ਹੈਗਾ ਆ ਇਹਨਾਂ ਨੇ ਵੈਸੇ ਦੋ ਦਰਜਨ ਤੋਂ ਜ਼ਿਆਦਾ ਕਿਤਾਬਾਂ ਜਿਹੜੀਆਂ ਕਿ ਪੰਜਾਬੀ ਦੇ ਵਿੱਚ ਸਾਨੂੰ ਦਿੱਤੀਆਂ ਸੀ ਓਕੇ ਤੇ ਇਹਨਾਂ ਨੇ 1940 ਦੇ ਵਿੱਚ ਇੱਕ ਮਾਸਿਕ ਪੱਤਰ ਵੀ ਸ਼ੁਰੂ ਕੀਤਾ ਸੀਗਾ ਓਕੇ ਜਿਸ ਤਰ੍ਹਾਂ ਇਹਨਾਂ ਨੇ ਰਸਾਲਾ ਸਟਾਰਟ ਕੀਤਾ ਸੀ ਪ੍ਰੀਤ ਲੜੀ ਮਾਸਿਕ ਉਸੇ ਤਰ੍ਹਾਂ ਮਾਸਿਕ ਪੱਤਰ ਵੀ ਸਟਾਰਟ ਕੀਤਾ ਗਿਆ ਜਿਸ ਦਾ ਨਾਮ ਸੀਗਾ ਬਾਲ ਸੰਦੇਸ਼ ਠੀਕ ਹੈ ਜੀ ਤੇ ਇਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਕੀ ਦੱਸਿਆ ਪ੍ਰੀਤ ਮਾਰਗ ਚਾਰ ਭਾਗਾਂ ਵਿੱਚ ਆਂਦਾ ਹੈ ਇਸ ਦਾ ਸਭ ਤੋਂ ਜਿਹੜਾ ਪਹਿਲਾ ਭਾਗ ਹੈ ਉਹ 1936 ਦੇ ਵਿੱਚ ਆਇਆ ਸੀ ਓਕੇ ਰਾਈਟ ਛੇਵਾਂ ਪ੍ਰਸ਼ਨ ਦੇਖਦੇ ਹਾਂ ਖੁੱਲਾ ਦਰ ਕਿੰਨਾਂ ਨੂੰ ਸਮਰਪਿਤ ਪੁਸਤਕ ਹੈ ਔਰਤਾਂ ਨੂੰ ਮਰਦਾਂ ਨੂੰ ਪਿਆਰ ਨੂੰ ਧਰਮ ਨੂੰ ਪ੍ਰਸ਼ਨ ਨੰਬਰ 6 ਦੇ ਲਈ ਅਨਸਰ ਕਰੋ ਵਾਟ ਵਿਲ ਬੀ ਦਾ ਅਨਸਰ ਖੁੱਲਾ ਦਰ ਐਨਾ ਨੇ ਕਿੰਨਾਂ ਨੂੰ ਸਮਰਪਿਤ ਕਰਕੇ ਲਿਖੀ ਹੈ ਹਾਂਜੀ ਬਿਲਕੁਲ ਐਬਸੋਲੂਟਲੀ ਬਾਲ ਸੰਦੇਸ਼ ਸ਼ਾਬਾਸ਼ ਸਾਰੇ ਬਹੁਤ ਸੇ ਅਨਸਰ ਦੇ ਰਹੇ ਨੇ ਛੇਵੇਂ ਦਿਲੀ ਕੀ ਅਨਸਰ ਹੋਊਗਾ ਕੀ ਗਲਤ ਹੈ ਰਮਨ ਜੀ ਛੇਵੇਂ ਦਿਲੀ ਇਹ ਬਿਲਕੁਲ ਠੀਕ ਹੈਗਾ ਇਹ ਔਰਤਾਂ ਨੂੰ ਸਮਰਪਿਤ ਕਰਕੇ ਇਹਨਾਂ ਨੇ ਲਿਖੀ ਸੀ ਓਕੇ ਔਰ ਇਹਦਾ ਜਿਹੜਾ ਸਾਲ ਹੈ ਯਾਦ ਰੱਖ ਲੈਣਾ ਸਾਡੇ ਦੇਸ਼ ਦੀ ਵੰਡ ਦਾ ਸਾਲ ਸਾਡੀ ਆਜ਼ਾਦੀ ਦਾ ਸਾਲ ਯਾਨੀ ਕਿ 1947 ਇਸ ਦਾ ਸਾਲ ਰਹੂਗਾ ਓਕੇ ਇਸ ਤੋਂ ਬਿਨਾ ਇੱਕ ਇਹਨਾਂ ਦੀ ਕਿਤਾਬ 1947 ਦੇ ਵਿੱਚ ਹੋਰ ਯਾਦ ਰੱਖ ਲੈਣਾ ਜਿਸ ਦਾ ਨਾਮ ਹੈਗਾ ਨਵਾਂ ਸ਼ਿਵਾਲਾ ਠੀਕ ਹੈ ਇਹ ਵੀ 1947 ਦੇ ਵਿੱਚ ਹੀ ਆਂਦੀ ਹੈ ਤਾਂ ਇਹ ਦੋ ਕਿਤਾਬਾਂ 1947 ਦੇ ਵਿੱਚ ਤੁਸੀਂ ਯਾਦ ਰੱਖਣੀ ਹੈ ਤੇ ਪ੍ਰੀਤ ਮਾਰਗ ਆਪਾਂ ਕਿੰਨੇ ਵਿੱਚ ਕੀਤੀ ਹੈ 1936 ਦੇ ਵਿੱਚ ਕੀਤੀ ਹੈ ਚਾਰ ਭਾਗ ਹੁੰਦੇ ਨੇ ਜਿਸ ਦਾ ਪਹਿਲਾ ਭਾਗ 1936 ਦੇ ਵਿੱਚ ਆਉਂਦਾ ਓਕੇ ਸਤਵਾਂ ਹੇਠਾਂ ਵਿੱਚੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਨਾਵਲ ਕਿਹੜਾ ਨਹੀਂ ਹੈ ਅਣਵਿਆਹੀ ਮਾਂ ਰੁੱਖਾਂ ਦੀ ਜੀਰਾਂਦ ਮਾਂ ਜਾਂ ਫਿਰ ਮੇਰੀਆਂ ਅਪੁੱਲੀ ਆਦਾ ਹਰ ਸਿਮਰਨ ਜੀ ਐਕਚੁਅਲੀ ਹੁਣ ਬਹੁਤ ਹੀ ਘੱਟ ਚਾਂਸਸ ਨੇ ਬਚਾ ਕਿ ਉਹ ਨੀਚੇ ਆਊਗੀ ਡਾਊਨ ਆਊਗੀ ਠੀਕ ਹੈ ਇਸ ਵਾਰੀ ਥੋੜਾ ਜਿਹਾ ਆਈ نو ਕਿ ਪੇਪਰ ਨੂੰ ਚੈੱਕ ਕਰਨ ਦੇ ਵਿੱਚ ਐਂਡ 에ਵਰੀਵੇਅਰ ਥੋੜੀਆਂ ਜੀਆਂ ਮਿਸਟੇਕਸ ਹੋਈਆਂ ਮੈਂ ਹੈਨਾ ਤਾਂ ਆਈ ਡੋਨੋ ਕਿ ਉਹਦੇ ਵਿੱਚ ਕੀ ਰੀਜ਼ਨ ਹੋਇਆ ਹੋਗਾ ਬਟ ਤੁਸੀਂ ਬਹੁਤ ਅੱਛਾ ਪਰਫਾਰਮ ਕੀਤਾ ਇਫ ਯੂ ਸਕੋਰਡ 137 ਵੈਰੀ ਗੁੱਡ ਸੈਵਨਥ ਦੇ ਲਈ ਡੀ ਬਿਲਕੁਲ ਠੀਕ ਹੈ ਮੇਰੀਆਂ ਅਪੁੱਲ ਯਾਦਾਂ ਇਹਨਾਂ ਦਾ ਜਿਹੜਾ ਨਾਵਲ ਨਹੀਂ ਹੈਗਾ ਯਾਨੀ ਕਿ ਅਣਵਿਆਹੀ ਮਾ ਰੁੱਖਾਂ ਦੀ ਜੀਰਾਂਦ ਔਰ ਮਾਂ ਇਹ ਤਾਂ ਤਿੰਨੋਂ ਨਾਵਲ ਹੈਗੇ ਆ ਓਕੇ ਅ ਮੈਕਸਿਮ ਗੋਰਕੀ ਨਾਮ ਦਾ ਇੱਕ ਰੂਸੀ ਲੇਖਕ ਹੈ ਠੀਕ ਹੈ ਉਹਦਾ ਅਨੁਵਾਦ ਹੈ ਔਰ ਜਿਹੜੀਆਂ ਤਾਂ ਉਹਨੂੰ ਮੇਰੀਆਂ ਅਭੁੱਲੀ ਆਦਾਂ ਦਿਖ ਰਿਆ ਆ ਇਹ ਕੀ ਹੈ ਇਹਦੇ ਦੁਆਰਾ ਪ੍ਰੀਤ ਲੜੀ ਨੇ ਪੰਜਾਬੀ ਸਾਹਿਤ ਦੇ ਵਿੱਚ ਸੰਸਮਰਨ ਦਾ ਆਰੰਭ ਕੀਤਾ ਸੀ ਸੰਸਮਰਨ ਮਤਲਬ ਕਿ ਯਾਦਾਂ ਦਾ ਆਰੰਭ ਕੀਤਾ ਸੀ ਠੀਕ ਹੈ ਇਹਨਾਂ ਨੂੰ ਲਿਖਣਾ ਸਟਾਰਟ ਕੀਤਾ ਸੀ ਤਾਂ ਇਸ ਲਈ ਨਾਵਲ ਨਹੀਂ ਹੋਊਗਾ ਅੱਗੇ ਚੱਲਦੇ ਆ ਪ੍ਰਸ਼ਨ ਨੰਬਰ 8 ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਪਹਿਲੀ ਕਹਾਣੀ ਦੱਸੋ ਪ੍ਰਤਿਮਾ ਨਾਗਪ੍ਰੀਤ ਦਾ ਜਾਦੂ ਅਨੋਖੇ ਤੇ ਇਕੱਲੇ ਅਸਮਾਨੀ ਮਹਾਨਦੀ ਪ੍ਰਸ਼ਨ ਨੰਬਰ 8 ਦੇ ਲਈ ਕੀ ਆਨਸਰ ਹੋਏਗਾ ਇਹਨਾਂ ਦੀ ਪਹਿਲੀ ਕਹਾਣੀ ਜੀ ਵੈਸੇ ਸਾਰੀਆਂ ਹੀ ਇਹਨਾਂ ਦੀਆਂ ਕਹਾਣੀਆਂ ਹੀ ਨੇ ਠੀਕ ਹੈ ਸਾਰੀਆਂ ਇਹਨਾਂ ਦੀ ਕਹਾਣੀ ਸੰਗ੍ਰਹਿ ਹੈ ਗਿਆ ਤਾਂ ਇਹਦੇ ਵਿੱਚ ਤੁਸੀਂ ਇਹਨਾਂ ਦੀ ਫਰਸਟ ਕਹਾਣੀ ਦੱਸਣੀ ਹੈ ਕਿਹੜੀ ਹੈ ਜੀ 8ਵਾਂ ਦਾ ਆਨਸਰ ਏ ਲਗਾਇਆ ਗਿਆ ਬਿਲਕੁਲ ਠੀਕ ਉੱਤਰ ਹੈ ਇਸ ਦਾ ਆਨਸਰ ਹੋ ਜਾਏਗਾ ਪ੍ਰਤਿਮਾ ਠੀਕ ਹੈ ਸਿਆਰੀ ਦੇ ਨਾਲ ਹੋਗਾ 올 ਰਾਈਟ ਪਹਿਲੀ ਗੱਲ ਇਹਨਾਂ ਨੇ ਇਹ ਕਹਾਣੀ ਕਿੰਨੀ ਉਮਰ ਦੇ ਵਿੱਚ ਲਿਖੀ ਹੈ 18 ਸਾਲ ਦੀ ਉਮਰ ਦੇ ਵਿੱਚ ਦੂਸਰੀ ਗੱਲ ਇਹਦਾ ਸਾਲ ਵੀ ਤੁਸੀਂ ਯਾਦ ਰੱਖ ਲੈਣਾ 1913 ਦੇ ਵਿੱਚ ਇਸ ਨੂੰ ਲਿਖਿਆ ਗਿਆ ਸੀ ਓਕੇ ਨੈਕਸਟ ਹੈ ਨੋਵਾਂ ਪ੍ਰਸ਼ਨ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜੀਵਨ ਕਹਾਣੀ ਦੇ ਕਿੰਨੇ ਭਾਗ ਹਨ 1 2 3 4 ਹੁਣ ਇਹਨਾਂ ਦੀ ਜੀਵਨ ਕਹਾਣੀ ਆ ਗਈ ਹੈ ਤਾਂ ਉਸ ਨੂੰ ਰਿਲੇਟ ਕਰਕੇ ਤੁਸੀਂ ਆਨਸਰ ਕਰਨਾ ਹੈ ਓਕੇ ਯੈਸ ਕੀ ਆਨਸਰ ਹੋਏਗਾ ਸ਼ਾਬਾਸ਼ ਪ੍ਰਸ਼ਨ ਨੰਬਰ 9 ਦੇ ਲਈ ਕੱਲ ਮੈਂ ਫੇਰ ਆਊਟ ਆਫ ਸਟੇਸ਼ਨ ਜਾ ਰਹੀ ਹਾਂ ਪਰ ਡੋਨਟ ਵਰੀ ਤੁਹਾਡੀ ਕਲਾਸ ਲੱਗਿਆ ਕਰੂਗੀ ਓਕੇ ਮੈਂ ਉੱਥੇ ਜਾ ਕੇ ਲੈ ਲਿਆ ਕਰੂੰਗੀ ਨੋਵੇਂ ਦੇ ਲਈ ਆਨਸਰ ਆ ਰਿਹਾ ਹੈ 3 ਬਿਲਕੁਲ ਠੀਕ ਹੈ ਤਿੰਨ ਭਾਗਾਂ ਦੇ ਵਿੱਚ ਫੋਰ ਸ਼ੋਰ ਵੈਰੀ ਗੁੱਡ ਬਿਲਕੁਲ ਸ਼ਿਉਰਿਟੀ ਇਜ਼ ਓਕੇ ਤਾਂ ਇਹਦੇ ਵਿੱਚ ਜਿਹੜੀ ਇਹਨਾਂ ਨੇ ਆਪਣੀ ਸਵੈ ਜੀਵਨੀ ਲਿਖੀ ਉਸ ਦਾ ਨਾਮ ਸੀਗਾ ਮੇਰੀ ਜੀਵਨ ਕਹਾਣੀ ਓਕੇ ਤੇ ਇਹਦੇ ਇਹਨਾਂ ਨੇ ਤਿੰਨ ਭਾਗ ਛਾਪੇ ਨੇ ਪਹਿਲਾ ਆਂਦਾ ਆ 1959 ਦੇ ਵਿੱਚ ਦੂਸਰਾ ਆਏਗਾ 1964 ਔਰ ਤੀਸਰਾ ਪਾਗੰਦ ਹੈ 1978 ਦੇ ਵਿੱਚ ਠੀਕ ਹੈ ਤੇ ਜਿਹੜਾ ਇਸ ਦਾ ਪਹਿਲਾ ਭਾਗ ਸੀ ਉਸ ਦੇ ਵਿੱਚ ਇਹਨਾਂ ਨੇ 75 ਤੋਂ ਲੈ ਕੇ ਤੇ 1875 ਤੋਂ ਲੈ ਕੇ ਔਰ 1924 ਤੱਕ ਦੇ ਸਮੇਂ ਦਾ ਸਾਰਾ ਵਰਣਨ ਇਹਨਾਂ ਨੇ ਦਿੱਤਾ ਓਕੇ ਅੱਗੇ ਦੇਖਦੇ ਹਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਉਸ ਰਚਨਾ ਦਾ ਨਾਮ ਦੱਸੋ ਜਿਸ ਤੇ ਕਰਕੇ ਗੁਰਬਖਸ਼ ਸਿੰਘ ਨੂੰ ਪੰਥ ਤੋਂ ਛੇਕਿਆ ਗਿਆ ਸੀ ਪਰਮਨੁਖ ਮੁਰਾਦਾ ਪੂਰੀਆਂ ਕਰਨ ਵਾਲਾ ਖੂ ਪ੍ਰੀਤਾਂ ਦੇ ਪਹਿਰੇਦਾਰ ਇਸ਼ਕ ਜਿੰਨਾ ਦੇ ਹੱਡੀ ਰਚਿਆ ਪ੍ਰਸ਼ਨ ਨੰਬਰ 10 ਦੇ ਲਈ ਆਨਸਰ ਕਰੋ ਹਰਮੀਤਜੀ ਮੈਂ ਕੁੰਮ ਦੀ ਬੋਤਾ ਰਾਈਟ ਚਲੋ 10ਵੇਂ ਦੇ ਲਈ ਆਨਸਰ ਕਰੋ ਕੀ ਹੋਏਗਾ ਪੰਥ ਤੋਂ ਇਹਨਾਂ ਨੂੰ ਛੇਕਿਆ ਗਿਆ ਹੈ ਕਿਹੜੀ ਰਚਨਾ ਦੇ ਲਈ ਯੈਸ ਸੇਮ ਇਅਰ ਪੁਪੀ ਜੀ 10ਵੇਂ ਲਈ ਏ ਆਨਸਰ ਆ ਰਿਹਾ ਹੈ ਪਰਮਨੁਖ ਐਬਸੋਲੂਟਲੀ ਰਾਈਟ ਇਹ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਇਹ ਰਚਨਾ ਕਦੋਂ ਪ੍ਰਕਾਸ਼ਿਤ ਹੁੰਦੀ ਹੈ ਤਾਂ ਇਸ ਦਾ ਸਾਲ ਯਾਦ ਰੱਖੋਗੇ 1943 ਦੇ ਵਿੱਚ ਠੀਕ ਹੈ ਤੇ ਇਹਨਾਂ ਨੂੰ ਪੰਥ ਤੋਂ ਅਲੱਗ ਕੀਤਾ ਗਿਆ ਸੀ ਛਾਂਗਿਆ ਗਿਆ ਸੀ ਛੇਕਿਆ ਗਿਆ ਸੀ ਯਾਨੀ ਕਿ ਇਹਨਾਂ ਨੂੰ ਅਲੱਗ ਕੀਤਾ ਗਿਆ ਓਕੇ 올 ਰਾਈਟ ਅੱਗੇ ਚੱਲਦੇ ਹਾਂ ਅਗਲਾ ਪ੍ਰਸ਼ਨ ਆ ਜਾਂਦਾ ਹੈ ਸਾਵੀ ਪੱਧਰੀ ਜ਼ਿੰਦਗੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਿਸ ਨੂੰ ਸਮਰਪਿਤ ਕਰਕੇ ਲਿਖੀ ਬੇਟੀ 우ਮਾ ਦਾਦੀ ਜੀ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 11 ਦੇ ਲਈ ਆਨਸਰ ਕਰੋ ਕੀ ਹੋਊਗਾ ਯੈਸ 11th ਕੁਐਸ਼ਨ ਸਾਵੀ ਪੱਧਰੀ ਜ਼ਿੰਦਗੀ ਕਿਸ ਨੂੰ ਸਮਰਪਿਤ ਕਰਕੇ ਲਿਖੀ ਗਈ ਬਿਲਕੁਲ ਆਜ਼ਾਦ ਜੀ 1943 ਇਜ਼ ਦਾ ਰਾਈਟ ਆਨਸਰ ਜਦੋਂ ਇਹ ਪ੍ਰਕਾਸ਼ਿਤ ਹੁੰਦੀ ਹੈ ਪਰਮਨੁੱਖ ਵੈਰੀ ਗੁੱਡ ਓਕੇ 11ਵੇਂ ਦੇ ਲਈ ਆਨਸਰ ਆ ਰਿਹਾ ਹੈ A ਯਾਨੀ ਕਿ ਬੇਟੀ 우ਮਾ ਨੂੰ ਬਿਲਕੁਲ ਠੀਕ ਹੈ ਗਿਆ ਹੁਣ ਇੱਥੇ ਅਸੀਂ ਦੋ ਯਾਦ ਰੱਖਣੀਆਂ ਹੈ ਪਹਿਲੀ ਗੱਲ ਤਾਂ ਬੇਟੀ 우ਮਾ ਨੂੰ ਅਸੀਂ ਦੇਖ ਹੀ ਲਿਆ 사ਮੀ ਪੱਧਰੀ ਜ਼ਿੰਦਗੀ ਇਹ ਕਦੋਂ ਆਂਦੀ ਹੈ ਇਹ ਆਂਦੀ ਹੈ 1943 ਦੇ ਵਿੱਚ ਇਹਨਾਂ ਨੇ ਲਿਖੀ ਓਕੇ ਤੇ ਇੱਕ ਹੈਗੀ ਸੀ ਜ਼ਿੰਦਗੀ ਦੀ ਕਵਿਤਾ ਇਹ ਇਹਨਾਂ ਨੇ ਆਪਣੀ ਦਾਦੀ ਜੀ ਨੂੰ ਸਮਰਪਿਤ ਕਰਕੇ ਲਿਖੀ ਔਰ ਐਨੋ 1961 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਠੀਕ ਹੈ ਤੇ ਐਨ ਦੇ ਵਿੱਚ ਟੋਟਲ ਲੇਖ ਕਿੰਨੇ ਸੀਗੇ 21 ਲੇਖਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ 12ਵਾਂ ਪ੍ਰਸ਼ਨ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸੋਵੀਅਤ ਨਹਿਰੂ ਪੁਰਸਕਾਰ ਕਦੋਂ ਮਿਲਿਆ 1971 1961 1965 1968 ਪ੍ਰਸ਼ਨ ਨੰਬਰ 12 ਕੀ ਆਨਸਰ ਹੋਏਗਾ ਸੋਵੀਅਤ ਨਹਿਰੂ ਪੁਰਸਕਾਰ ਕਦੋਂ ਮਿਲਿਆ हां समवेयर इट इज मेंशन कि सिस्टर ਨੂੰ ਬਟ ਤੁਸੀਂ ਜਿਹੜਾ ਜ਼ਿਆਦਾ ਅਪਰੋਪਰੀਏਟ ਆਨਸਰ ਯਾਦ ਰੱਖੋਗੇ ਉਹ ਹੋਏਗਾ ਬੇਟੀ ਨੂੰ ਠੀਕ ਹੈ ਜੀ ਓਕੇ 12ਵੇਂ ਦੇ ਲਈ ਆਨਸਰ ਕੀ ਹੋਊਗਾ ਸੋਵੀਅਤ nehru ਪੁਰਸਕਾਰ ਕਦੋਂ ਮਿਲਿਆ ਏ ਆਨਸਰ ਆ ਰਿਹਾ ਹੈ ਯਾਨੀ ਕਿ 1971 ਦੇ ਵਿੱਚ ਮਿਲਿਆ ਸਹੀ ਹੈ ਇਹਨਾਂ ਨੂੰ ਜਦੋਂ ਸਨਮਾਨ ਯਾਦ ਰੱਖਣੇ ਆ ਨਾ ਤੁਸੀਂ ਤਾਂ ਦੋ ਸਨਮਾਨ ਯਾਦ ਰੱਖੋਗੇ ਪਹਿਲਾ 1970 ਦੇ ਵਿੱਚ ਇਹਨਾਂ ਨੂੰ ਅਭਿਨੰਦਨ ਗ੍ਰੰਥਪੇਟ ਕੀਤਾ ਗਿਆ ਠੀਕ ਹੈ ਜਿਹੜਾ ਕਿ ਧਨੀ ਰਾਮ ਚਾਤਰੀ ਨੂੰ ਵੀ ਮਿਲਿਆ ਭਾਈ ਵੀਰ ਸਿੰਘ ਜੀ ਨੂੰ ਵੀ ਮਿਲਿਆ ਐਂਡ 올 ਦੋਸ ਉਸ ਤੋਂ ਬਾਅਦ 1971 ਵਾਲਾ ਤੁਸੀਂ ਯਾਦ ਰੱਖਣਾ ਹੈ ਸੋਵੀਅਤ ਨਹਿਰੂ ਪੁਰਸਕਾਰ ਠੀਕ ਹੈ ਜੀ 올 ਰਾਈਟ ਅੱਗੇ ਚੱਲਦੇ ਹਾਂ 13ਵਾਂ ਪ੍ਰਸ਼ਨ ਹੇਠਾਂ ਵਿੱਚੋਂ ਪ੍ਰੀਤ ਮਾਰਗ ਦਾ ਭਾਗ ਕਿਹੜਾ ਨਹੀਂ ਹੈ ਜੀਵਨ ਦੇ ਸਾਧਨ ਜੀਵਨ ਸੰਸਾਰ ਜੀਵਨ ਦੇ ਸਬੰਧ ਜੀਵਨ ਦੀ ਨਾਸ਼ਮਾਨਤਾ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰੋ ਪ੍ਰੀਤ ਮਾਰਗ ਦੇ ਭਾਗ ਕਿਹੜੇ ਹਨ ਤੇ ਕਿਹੜੇ ਨਹੀਂ ਹਨ ਜੀ ਇਹਦੇ ਵਿੱਚੋਂ ਨਹੀਂ ਪੁੱਛਿਆ ਗਿਆ ਤਾਂ ਉਸ ਦਾ ਆਨਸਰ ਕਰਨਾ ਤੁਸੀਂ ਕੁਐਸਚਨ ਨੰਬਰ 13 ਯੈਸ ਹੂੰ ਓਕੇ 13ਵੇਂ ਦੇ ਲਈ ਆਨਸਰ ਆ ਗਿਆ ਮੈਂ ਡੀ ਬਿਰਬਲ ਜੀ ਨੇ ਦਿੱਤਾ ਬਿਲਕੁਲ ਠੀਕ ਹੈ ਇਹ ਹੈ ਜੀਵਨ ਦੀ ਨਾਸ਼ਮਾਨਤਾ ਅਸੀਂ ਪਹਿਲਾਂ ਹੀ ਕੀਤਾ ਸੀ ਕਿ ਪ੍ਰੀਤ ਮਾਰਗ ਦੇ ਚਾਰ ਭਾਗ ਆਏ ਹਨ ਨਾ ਪਹਿਲਾ ਜੀਵਨ ਸੰਸਾਰ ਜੀਵਨ ਜੀਵਨਤਾ ਸਾਰਿਆਂ ਚ ਹੀ ਆਣਾ ਹੈ ਦੂਸਰਾ ਜੀਵਨ ਦੇ ਸਾਧਨ ਦੋ ਸੱਸੇ ਨਾਲ ਰਿਲੇਟ ਕਰਕੇ ਹੋਗੇ ਉਸ ਤੋਂ ਬਾਅਦ ਤੀਸਰਾ ਇਹ ਹੈਗਾ ਜੀਵਨ ਦੇ ਸੰਬੰਧ ਚੌਥੇ ਨੰਬਰ ਤੇ ਜਿੱਥੇ ਅਸੀਂ ਜੀਵਨ ਦੀ ਨਾਸ਼ਮਾਨਤਾ ਦੇਖ ਰਹੇ ਹਾਂ ਉੱਥੇ ਜੀਵਨ ਦੀ ਪੂਰਨਤਾ ਆ ਜਾਊਗਾ ਠੀਕ ਹੈ ਤੈਦਾ ਕਰਕੇ ਇਹ ਚਾਰ ਤੁਸੀਂ ਯਾਦ ਰੱਖੋਗੇ ਜਿਹੜੇ ਕੀ ਇਹਨਾਂ ਨੇ ਪ੍ਰੀਤ ਮਾਰਨ ਦੇ ਵਿੱਚ ਪੇਸ਼ ਕੀਤੇ ਅੱਗੇ ਲਾਸਟ ਪ੍ਰਸ਼ਨ ਹੈ ਅੱਜ ਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਨਾਟਕ ਦੱਸੋ ਪਰੀਆਂ ਦੀ ਮੋਰੀ ਗੁਲਾਬੋ ਜੁਗਾਪੁਰਾਨੀ ਗੱਲ ਜਾਂ ਫਿਰ ਇਹ ਸਾਰੇ ਪ੍ਰਸ਼ਨ ਨੰਬਰ 14 ਦੇ ਲਈ ਆਨਸਰ ਕਰੋ ਕੀ ਹੋਊਗਾ ਸ਼ਬਸ਼ ਹਲੇਸਿਆਨ ਨੂੰ ਸਵੈ ਜੀਵਨੀਕਾਰ ਦੇ ਤੌਰ ਦੇ ਉੱਪਰ ਜਦੋਂ ਪੜਾਂਗੇ ਨਾ ਤੋਂ ਉਹਦੋ ਸੀ ਅਲੱਗ ਕਰਾਂਗੇ ਮੈਂ ਤਿੰਨੇ ਸਵੈ ਜੀਵਨੀਕਾਰ ਤੋਂ ਇਕੱਠੇ ਕਰਵਾਏ ਸੀ ਇਫ ਯੂ ਰਿਮੈਂਬਰ ਤਾਂ ਫਿਰ ਉਹਨਾਂ ਤਿੰਨਾਂ ਦੇ ਵਿੱਚੋਂ ਦੀ ਆਪਾਂ ਐਮਸੀਕਿਊਜ਼ ਇਕੱਠੇ ਰਿਹਾਵਾਂਗੇ ਅਮ੍ਰਿਤਾ ਪ੍ਰੀਤਮ ਨਾਨਕ ਸਿੰਘ ਜੀ ਐਂਡ ਗੁਰਬਖਸ਼ ਸਿੰਘ ਪ੍ਰੀਤਲੜੀ ਠੀਕ ਹੈ ਤਾਂ ਉਹਦੇ ਵਿੱਚ ਤੁਹਾਡਾ ਜੋ ਬਾਕੀ ਰਹਿ ਗਿਆ ਹੋਏਗਾ ਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਦੇ ਬਾਰੇ ਦੇ ਵਿੱਚ ਉਹ ਸਾਰਾ ਆਪਾਂ ਉਹਦੇ ਵਿੱਚ ਕਵਰ ਕਰ ਲਾਂਗੇ ਓਕੇ ਬਿਲਕੁਲ ਠੀਕ ਹੈ 14ਵਾਂ ਅਨਸਰ ਆ ਜਾਏਗਾ ਡੀ ਮਤਲਬ ਕਿ ਇਹ ਸਾਰੇ ਦੇ ਸਾਰੇ ਹੀ ਇਹਨਾਂ ਦੇ ਨਾਟਕ ਹੈਗੇ ਨੇ ਇਹਨਾਂ ਤੋਂ ਬਿਨਾ ਤੁਸੀਂ ਕੁਝ ਹੋਰ ਨਾਟਕ ਵੀ ਐ ਜਿਹੜੇ ਯਾਦ ਰੱਖ ਸਕਦੇ ਹੋ ਬਹੁਤ ਇੰਪੋਰਟੈਂਟ ਹੈ ਰਾਜਕੁਮਾਰੀ ਲਤਿਕਾ ਤੇ ਹੋਰ ਡਰਾਮੇ ਇਹ ਤਾਂ ਬਹੁਤ ਇੰਪੋਰਟੈਂਟ ਹੈ ਯਾਦ ਰੱਖੋਗੇ ਫਿਰ ਪ੍ਰੀਤ ਮੁਕਟ ਇਹ ਵੀ ਇਹਨਾਂ ਦਾ ਨਾਟਕ ਹੈ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਬਿਨਾ ਬਾਲ ਸਾਹਿਤ ਇਹਨਾਂ ਦਾ ਯਾਦ ਰੱਖ ਲੈਣਾ ਜਿਸ ਦਾ ਨਾਮ ਰਹੇਗਾ ਗੁਲਾਬੀ ਐਨਕਾਂ ਹੁਣ ਗੁਲਾਬੀ ਐਨਕਾ ਆਪਾਂ ਤਾਂ ਲਗਾਉਂਦੇ ਨਹੀਂ ਹੈ ਨਾ ਬੱਚਾ ਨੂੰ ਹੀ ਐਦਾਂ ਦੇ ਕਲਰ ਵਗੈਰਾ ਪਸੰਦ ਹੁੰਦੇ ਆ ਰਾਈਟ ਮਤਲਬ ਕਿ ਗੋਗਲਸ ਐਂਡ ਡਾਲ ਉਹਦੇ ਵਿੱਚ ਹੈ ਨਾ ਤਾਂ ਗਲਾਸਿਸ ਦੇ ਵਿੱਚ ਗੁਲਾਬੀ ਐਨਕਾ ਨੂੰ ਯਾਦ ਰੱਖ ਲੈਣਾ ਬਾਲ ਸਾਹਿਦ ਦੇ ਨਾਲ ਰਿਲੇਟ ਕਰਕੇ ਓਕੇ ਤਾਂ ਹਾਂਜੀ ਜੀ ਜੀ ਠੀਕ ਹੈ ਤਾਂ ਇੱਥੇ ਕੀ ਹੋ ਗਿਆ ਆਪਣਾ ਗੁਰਬਖਸ਼ ਸਿੰਘ ਪ੍ਰੀਤਲੜੀ ਓਵਰ ਹੋ ਜਾਂਦਾ ਹੁਣ ਅਸੀਂ ਕੱਲ ਅਗਲੇ ਸੈਸ਼ਨ ਦੇ ਵਿੱਚ ਮਿਲਾਂਗੇ ਅਗਲਾ ਸੈਸ਼ਨ ਅਗਰ ਕੋਈ ਦੱਸ ਸਕਦਾ ਹੈ ਤਾਂ ਪਲੀਜ਼ ਦੱਸ ਦਿਓ ਕਿ ਅ ਜੋ ਆਪਣੇ ای ٹی ٹی ਦਾ ਸਿਲੇਬਸ ਹੈ ਉਸ ਦੇ ਵਿੱਚ ਅਗਲਾ ਸੈਸ਼ਨ ਕਿਹੜਾ ਹੋਏਗਾ ਠੀਕ ਹੈ ਅਗਲੇ ਸਾਹਿਤਕਾਰ ਕਿਹੜੇ ਹੈਗੇ ਨੇ ਪਤਾ ਹੈ ਤਾਂ ਆਨਸਰ ਕਰ ਦਿਓ ਅਦਰਵਾਈਜ਼ ਜੇ ਮੇਰੇ ਕੋਲ ਉਹ ਮੈਨੂੰ ਮਿਲਦਾ ਹੋਣੇ ਤਾਂ ਮੈਂ ਦੱਸ ਦਿੰਦੀ ਆ ਅਦਰਵਾਈਜ਼ ਪਲੀਜ਼ ਹੋ ਸਕੇ ਤਾਂ ਤੁਸੀਂ ਹੀ ਤੁਹਾਡੇ ਚ ਕੋਈ ਆਨਸਰ ਕਰ ਦੇਣਾ ਅਗਲਾ ਕਿਹੜਾ ਰਹੇਗਾ ਰਾਈਟ ਤਾਂ ਕੱਲ ਅਸੀਂ ਮਿਲਾਂਗੇ ਫੇਰ ਸ਼ਾਮ ਨੂੰ 8 ਵਜੇ ਓਕੇ ਤੇ ਪੇਡ ਬੈਚ ਵਾਲੇ ਸਟੂਡੈਂਟਸ ਤੁਹਾਡਾ ਮਾਰਨਿੰਗ ਦੇ ਵਿੱਚ ਹੀ ਸੈਸ਼ਨ ਲੱਗੇਗਾ ਜਦੋਂ ਤੱਕ ਦਸੰਬਰ ਦੀਆਂ ਛੁੱਟੀਆਂ ਚੱਲ ਰਹੀਆਂ ਹੈ ਕੱਲ ਹੋ ਸਕਦਾ ਮੈਨੂੰ ਥੋੜਾ ਜਲਦੀ ਲਗਾਣਾ ਪਈ ਮੈਂ ਤੁਹਾਨੂੰ WhatsApp ਗਰੁੱਪ ਦੇ ਵਿੱਚ ਡੈਫੀਨੇਟਲੀ ਆਨਸਰ ਕਰ ਦੂੰਗੀ ਠੀਕ ਹੈ ਜੀ 올 ਰਾਈਟ ਥੈਂਕ ਯੂ ਸੋ ਮੱਚ ਹੈਵ ਅ ਗੁੱਡ ਡੇ ਟੇਕ ਕੇਅਰ ਬਾਏ ਬਾਏ